ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਲਵਲੀ। ਅੱਜ ਆਪਾਂ ਇਸ ਵੀਡੀਓ 'ਚ ਦੇਖਾਂਗੇ ਕਿ ਰਿਕਾਰਡਿੰਗ ਪਰਮਾਨੈਂਟ ਕਿਵੇਂ ਔਫ ਕਰਨੀ ਆ। ਠੀਕ ਹੈ ਜੀ, ਆਹ ਦੇਖੋ ਮੇਰੇ ਕੋਲ 10 ਲੱਗੇ ਨੇ ਕੈਮਰੇ, ਅਤੇ ਆਹ ਸਾਈਨ ਜਿਹੜਾ ਆ ਰਿਹਾ ਰਿਕਾਰਡਿੰਗ ਦਾ ਆ ਰਿਹਾ। ਠੀਕ ਹੈ, ਅਤੇ ਹੁਣ ਆਪਾਂ ਕਿਸੇ, ਕਿਉਂਕਿ ਜੇ ਆਪਾਂ ਮੇਨ ਮੈਨਿਊ 'ਚ ਆ ਕੇ ਮੈਨੂਅਲ 'ਚ ਰਿਕਾਰਡਿੰਗ ਬੰਦ ਕਰਦੇ ਹਾਂ, ਰਿਕਾਰਡਿੰਗ ਤਾਂ ਬੰਦ ਹੋ ਜਾਂਦੀ ਆ, ਬਟ ਉਹਦੇ 'ਚ ਜੇ ਤੁਸੀਂ ਰੀਸਟਾਰਟ ਕਰੋਗੇ DVR ਜਾਂ NVR ਤਾਂ ਦੁਬਾਰਾ ਔਨ ਹੋ ਜਾਣੀ ਉਹ। ਠੀਕ ਹੈ ਜੀ, ਅਤੇ ਰਿਕਾਰਡਿੰਗ ਪਰਮਾਨੈਂਟ ਔਫ ਕਰਨ ਵਾਸਤੇ ਤੁਸੀਂ ਪਹਿਲਾਂ ਮੇਨ ਮੈਨਿਊ ਇੱਧਰੋਂ ਰਿਕਾਰਡਿੰਗ ਔਨ ਕਰ ਲਓ ਪਹਿਲਾਂ। ਠੀਕ ਹੈ, ਮੈਨਿਊ ਹਾਰਡੈਕਸ ਐਡਵਾਂਸ, ਲਾਈਟ ਬਹੁਤ ਜ਼ਿਆਦਾ ਆ ਰਹੀ ਆ, ਐਡਵਾਂਸ ਕੁਆਟਾ, ਇਹਨੂੰ ਗਰੁੱਪ 'ਚ ਸਿਲੈਕਟ ਕਰਕੇ ਤੁਹਾਡੇ ਕੋਲ ਜਿੰਨੇ ਕੈਮਰੇ ਲੱਗੇ ਹੋਏ ਨੇ ਉਨੇ ਤੁਸੀਂ ਮਤਲਬ ਉਹਨੇ ਟਿੱਕ ਲਾ ਲੈਣੇ ਆ। ਹੁਣ ਜਿੱਦਾਂ ਮੇਰੇ ਕੋਲ 9 ਲੱਗੇ ਹੋਏ ਨੇ, ਮੇਰੇ ਕੋਲ ਤਾਂ IP ਕੈਮਰੇ ਨੇ, ਅਤੇ ਇਸ ਕਰਕੇ IP 'ਚ ਤਾਂ ਇੱਦਾਂ ਕਰਨ ਦੀ ਲੋੜ ਨਹੀਂ ਪੈਂਦੀ, ਇਹ DVR 'ਚ ਇਹਦੀ ਲੋੜ ਹੁੰਦੀ ਆ। ਠੀਕ ਹੈ, ਇਸ ਤੁਸੀਂ ਜਿਵੇਂ ਮੰਨ ਲਓ ਮੇਰੇ ਕੋਲ 9 ਕੈਮਰੇ ਨੇ, ਤਾਂ ਤੁਸੀਂ 9 ਕੈਮਰੇ ਕਰ ਲੈਣੇ ਸਿਲੈਕਟ ਪਹਿਲੇ। ਠੀਕ ਹੈ, ਉਸ ਤੋਂ ਬਾਅਦ ਇਹਨੂੰ ਅਪਲਾਈ ਕਰ ਲੈਣਾ, ਰੀਬੂਟ ਹੋਊਗਾ, ਓਕੇ ਕਰ ਦਿਓ। ਉਸ ਤੋਂ ਬਾਅਦ ਤੁਸੀਂ ਰੀਬੂਟ ਹੋਣ ਤੋਂ ਬਾਅਦ ਜਦ ਔਨ ਹੋਊਗਾ ਕੋਨਫਿਗਰੇਸ਼ਨ, ਤਾਂ ਇਹ ਬੀਪ ਕਰਨ ਲੱਗ ਜੂਗਾ, ਤਾਂ ਤੁਸੀਂ ਮਤਲਬ ਬੀਪ ਇੱਥੋਂ ਬੰਦ ਕਰਨੀ ਆ। ਰਿਕਾਰਡ ਇੱਥੇ ਟਿੱਕ ਹਟਾ ਦੇਣਾ, ਅਪਲਾਈ ਕਰ ਦੇਣਾ, ਅਤੇ ਹੁਣ ਤੁਸੀਂ ਜਿੰਨੀ ਵਾਰ ਮਰਜ਼ੀ DVR ਔਫ ਕਰ ਦਿਉ, ਔਨ ਕਰ ਦਿਉ, ਰਿਕਾਰਡਿੰਗ ਜਿੰਨੀ ਤੁਸੀਂ ਔਨ ਕੀਤੀ ਆ ਉੰਨੀ ਔਨ ਰਹੂਗੀ, ਅਤੇ ਨਾ ਕੋਈ ਬੀਪ ਮਾਰੂਗਾ।